ਦਾਦੀ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਕੁੜੇ, ਆਣ ਵੇਲੇ ਖਬਰ ਤਾਂ ਕਰ ਦਿੰਦੀ, ਤੇਰੀ ਵੱਡੀ ਭੈਣ ਅੱਜ ਹੀ ਗਈ ਆ 10 ਦਿਨ ਰਹਿ ਕੇ, ਉਹ ਵੀ ਰੁਕ ਜਾਂਦੀ 4 ਦਿਨ ਹੋਰ। ਕੀ ਗੱਲ ਪੁੱਤ, ਕੋਈ ਗੱਲ ਹੋਈ ਆ? ਮੈਂ ਕਿਹਾ ਛੁੱਟੀਆਂ ਆ, ਬਿਲਕੁਲ ਇਕੱਠੇ ਜਾਵਾਂਗੇ। ਪਹਿਲਾਂ ਤਾਂ ਮੰਨ ਗਈ, ਮੁੜ ਕੇ ਰਾਤ ਨੂੰ ਫੋਨ ਕਰਕੇ ਕਹਿੰਦੀ ਕਿ ਮੇਰੇ ਕੋਲ ਨਹੀਂ ਆਉਣਾ ਹੋਣਾ। ਬੀਬੀ, ਸਾਲ ਚ ਕਿਤੇ ਇੱਕ ਵਾਰ ਇਕੱਠੀਆਂ ਹੋਣਾ ਹੁੰਦਾ, ਉਹ ਵੀ ਇਹ ਟਾਈਮ ਤੇ ਮੁੱਕਰ ਜਾਂਦੀ ਹੈ। ਫਿਰ ਇੱਕ ਵਾਰ ਇਹ ਲੁਧਿਆਣੇ ਆਏ, ਆ ਮੇਰੇ ਕੋਲੋਂ ਹੋ ਕੇ ਮੁੜ ਗਏ। ਕੀ ਗੱਲ, ਆ ਨਹੀਂ ਸਕਦੀ ਸੀ 10 ਮਿੰਟ? ਫਿਰ ਪੁੱਤ, ਤੂੰ ਹੀ ਫੋਨ ਕਰ ਲੈਂਦੀ, ਮਨਾ ਲੈਂਦੀ ਉਹਨੂੰ। ਅਸੀਂ ਲੜੀਆਂ ਹੀ ਠੀਕ ਆ ਬੀਬੀ, ਸਾਨੂੰ ਨੀ ਲੋੜ ਮਨਾਉਣ ਮਨਾਉਣ ਦੀ। ਜਦੋਂ ਤੁਸੀਂ ਕੁਆਰੀਆਂ ਸੀ ਨਾ, ਤਾਂ ਇੱਕ ਦੂਜੇ ਬਿਨਾਂ ਤੁਹਾਡਾ ਬਿੰਦ ਨਹੀਂ ਸੀ ਲੰਘਦਾ। ਨਿੱਕੀ ਨਿੱਕੀ ਗੱਲ ਤੇ ਲੜ ਪੈਂਦੀਆਂ ਸੀ। ਅੱਖੀ ਸਵੇਰ ਦੀ ਮੈਮ ਨੂੰ, ਰਾਤ ਦੀ ਤੂੰ, ਆ ਸੂਟ ਮੈਂ ਪਾਣਾ, ਆ ਚੁੰਨੀ ਮੇਰੀ ਆ, ਕਿੰਨਾ ਲੜਦੀ ਹੁੰਦੀ ਸੀ ਤੂੰ ਉਹਦੇ ਨਾਲ ਸਾਰਾ ਦਿਨ ਲੜ ਲੁੜ ਕੇ। ਰਾਤ ਨੂੰ ਇੱਕੋ ਥਾਲੀ 'ਚ ਖਾਧੇ ਬਿਨਾ ਕਦੀ ਨਹੀਂ ਸੀ ਸੁੱਤੀਆਂ। ਫਿਰ ਸੌਣ ਵੇਲੇ ਤੂੰ ਕਹਿਣਾ, ਬੀਬੀ ਮੇਰੇ ਸਿਰ 'ਤੇ ਹੱਥ ਫੇਰ, ਅਤੇ ਉਹਨੇ ਕਿੰਨਾ ਚਿਰ ਤੇਰੇ ਸਿਰ 'ਤੇ ਹੱਥ ਫੇਰਨਾ, ਅਤੇ ਤੂੰ ਸੋ ਜਾਣਾ। ਉਹ ਵੀ ਬਸਾ ਨਹੀਂ ਸੀ ਖਾਂਦੀ ਤੇਰਾ। ਹਾਂ ਬੀਬੀ, ਮੈਨੂੰ ਯਾਦ ਆ, ਬੜਾ ਪਿਆਰ ਸੀ ਸਾਡਾ ਭੈਣਾਂ ਦਾ, ਪਰ ਹੁਣ ਉਹ ਬਦਲ ਗਈ ਆ ਬੀਬੀ, ਬਦਲ ਨਹੀਂ ਗਈ ਪੁੱਤ। ਵਿਆਹ ਤੋਂ ਬਾਅਦ ਕੁੜੀ ਦਾ ਕਿਤੇ ਵੀ ਆਉਣਾ ਜਾਣਾ, ਹੁਣ ਉਹਦੇ ਪਤੀ ਅਤੇ ਸਹੁਰਿਆਂ 'ਤੇ ਨਿਰਭਰ ਕਰਦਾ। ਕਿਉਂਕਿ ਕੁਆਰੀਆਂ ਹੁੰਦੀਆਂ, ਉਹ ਹੱਸਦੀਆਂ ਖੇਡਦੀਆਂ ਭੈਣਾਂ ਰਿਸ਼ਤੇਦਾਰ 'ਚ ਬਣ ਜਾਂਦੀਆਂ।